ਕੀ ਵੱਖਰਾ ਜਿਹੜਾ ਮੋਟਰਸਾਈਕਲ ਦੇ ਸਟਾਰਟਅਪ ਖਾਣ ਦੇ ਵਿੱਚੋਂ ਕਿ ਨਿਆਂਸਿੰਗ ਜਥੇਬੰਦੀਆਂ ਘੋੜਿਆਂ ਦੇ ਉੱਤੇ ਸੀ ਪਰ ਹੁਣ ਮੋਟਰਸਾਈਕਲ ਦੇ ਉੱਤੇ ਨਿਆਂਸਿੰਗ ਜਥੇਬੰਦੀ ਦੇ ਨਜ਼ਰ ਆਉਣ ਲੱਗੀ ਤਾਂ ਇਸ ਨੂੰ ਸ਼ੌਂਕ ਹੈ ਜੀ ਮੈਂ ਜੀ ਸਾਹਿਬਜ਼ਾਦਾ ਜੀ ਸਿੰਘ ਹਜ਼ਾਰ ਸਿੰਘ ਚੜ੍ਹਦੀ ਕਲਾ ਗੱਤਕਾ ਪਾਰਟੀ ਬਸਤੀ ਜੋਧੇਵਾਲ ਲੁਧਿਆਣੇ ਤੋਂ ਆਏ ਹਾਂ ਪਿਆਰਿਓ ਅਤੇ ਮੈਨੂੰ ਇਸ ਸਟੇਡੀਅਮ ਦੇ ਵਿੱਚ 15 ਸਾਲ ਹੋ ਗਏ ਆ ਵੀ ਖੁਸ਼ੀ ਦੇ ਨਾਲ ਸ਼ਿਫਟ ਕਰਕੇ ਜਾਂਦੇ ਹਾਂ ਮਾਲਕ ਕਿਰਪਾ ਕਰੇ ਕਿਉਂਕਿ ਦੂਰੋਂ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਸਾਲ ਦੇ ਸਾਲ ਖੁਸ਼ੀਆਂ ਲੈਣ ਵਾਸਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਕਹਿੰਦੇ ਆ ਬਿਨਾਂ ਸਿਆਣਿਆਂ ਸਭਾ ਨਹੀਂ ਸਜਦੀ ਬਾਨੇ ਸਭਾ ਦੇ ਸਦਾ ਸ਼ਿੰਗਾਰ ਹੁੰਦੇ ਅਖੰਡ ਪਾਠੀਆਂ ਬਿਨਾਂ ਨਹੀਂ ਪਾਠ ਹੁੰਦੇ ਤੇ ਬਿਨਾਂ ਪਾਠ ਨਹੀਂ ਮਨ ਸੁਧਾਰ ਹੁੰਦੇ ਆ ਬਿਨਾਂ ਰਾਗੀਆਂ ਨਹੀਂ ਛਟੇਈ ਲੱਗਦੀ ਤੇ ਬਿਨਾਂ ਕੀਰਤਨੀਆਂ ਨਹੀਂ ਨਾਨਕ ਦਰਬਾਰ ਹੁੰਦੇ ਆ ਬਿਨਾਂ ਦਰਬਾਰ ਨਹੀਂ ਸਾਹ ਸੰਗਤ ਬਣਦੀ ਤੇ ਸਾਹ ਸੰਗਤ ਬਿਨਾਂ ਬੇੜੇ ਨਹੀਂ ਪਾਰ ਹੁੰਦੇ ਬਾਬਾ ਬਲਬੀਰ ਸਿੰਘ ਬੁੱਢਾ ਦਲ ਦੇ ਨਾਲ ਪਿਛਲੇ ਸਾਲ ਫਤਿਹ ਦਿਵਸ ਤੇ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ 5 ਦਿਨ ਮੋਟਰਸਾਈਕਲ ਤੇ ਖਲੋ ਕੇ ਜੋਰ ਵਿਖਾਏ ਪਿਆਰਿਓ ਬੜੀ ਹੀ ਮਾਰੇ ਦੀ ਕਿਰਪਾ ਹੈ ਇਸ ਤੋਂ ਇਲਾਵਾ ਦਾਜ ਦੇ ਉੱਪਰ ਦੀ ਮੋਟਰਸਾਈਕਲ ਗੱਡੀ ਨਿਕਲਦੀ ਜੀਪ ਨਿਕਲਦੀ ਆ 1 ਕੁਇੰਟਲ 25 ਕਿਲੋ ਸਾਬਾ ਸ਼ਿੰਡੀਆ ਦੇ ਉੱਤੇ ਪੱਥਰ ਤਗਾ ਸੀ ਤੇ ਚੱਲਦੇ ਜੱਗੀ 420 ਭਗਵੰਤ ਮਾਨ ਦੇ ਨਾਰੇ ਦੇ ਵਿੱਚ ਇਹ ਮੋਟਰਸਾਈਕਲ ਉੱਤੇ ਪੱਗ ਬੰਨ ਕੇ ਵਿਖਾਈ ਸੀ ਚੱਲਦੇ ਦੇ ਜੀ ਸੋ ਜੌਹਰ ਤੁਹਾਨੂੰ ਵਿਖਾ ਰਹੇ ਹਾਂ ਨਾਲ ਨਾਲ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋਵੋਗੇ ਤਸਵੀਰਾਂ ਦੇ ਵਿੱਚ ਬਾਬਾ ਜੀ ਜਿਹੜਾ ਵੱਖੋ ਵੱਖਰੇ ਤਰੀਕੇ ਨਾਲ 2 ਕਿਰਪਾਨਾਂ ਦੇ ਨਾਲ ਇੱਕ ਮੂੰਹ ਚ ਪਾ ਕਿਰਪਾਨ ਹੈ ਉਹਨਾਂ ਦੇ ਉਸ ਤੋਂ ਬਾਅਦ ਵੱਖ ਵੱਖ ਤਰੀਕੇ ਦੇ ਨਾਲ ਜਿਹੜੇ ਜੰਗੀ ਜੌਹਰ ਨੇ ਜਿਹੜੇ ਵਿਖਾਏ ਜਾਂਦੇ ਨੇ ਬਾਬਾ ਜੀ ਇੱਕ ਤੁਹਾਡੇ ਮੋਟਰਸਾਈਕਲ ਦੇ ਸਾਈਟ ਤੇ ਲਿਖਿਆ ਗਿਆ ਹੈ ਕਿ ਘੋੜੇ ਦੀ ਥਾਂ ਮੋਟਰਸਾਈਕਲ ਤੀਰ ਦੀ ਥਾਂ ਪਿਸਤੌਲ ਲਿਆ ਵੇਖ ਜਮਾਨਾ ਰੰਗ ਬਦਲਦਾ ਸਿੰਘਾ ਬਦਲ ਮਾਹੌਲ ਲਿਆ ਉਹ ਬਹੁਤ ਵਧੀਆ ਸ਼ੇਰ ਲਿਖਿਆ ਜੀ ਕਿ ਚਲੋ ਘੋੜੇ ਦੀ ਜਗ੍ਹਾ ਮੋਟਰਸਾਈਕਲ ਆ ਜਿੱਦਾਂ ਅੱਜ ਕੱਲ੍ਹ ਘੋੜਾ ਹੋਵੇ ਤੇ ਮਿੰਟੋ ਮਿੰਟੀ ਬੰਦਾ ਚਲੇ ਜਾਂਦਾ ਮੋਟਰਸਾਈਕਲ ਹੋਵੇ ਰਾਤੋਂ ਰਾਤ ਜਿੱਥੇ ਮਰਜ਼ੀ ਬੰਦਾ ਧੜੀ ਦੇ ਵਿੱਚ ਚਲੇ ਜਾਂਦਾ ਇਹ ਦਾਸ ਦੇ ਵਾਸਤੇ ਜਿਹੜਾ ਘੋੜਾ ਹੀ ਆ ਤੇ ਘੋੜੇ ਦਾ ਕੰਮ ਕਰਦਾ ਆ ਰਿਹਾ ਮੇਰੇ ਕੋਲ ਮਾਲਕ ਕਿਰਪਾ ਕਰੇ ਮੇਰੇ ਵੀਰੋ ਚੜ੍ਹਦੀ ਕਲਾ ਕਰੇ ਦੁਆ ਬਾਬਾ ਜੀ ਕਿੱਦਾਂ ਕਿੱਦਾਂ ਦੇ ਸਟੰਟ ਹੋਰ ਨੇ ਜਿਹੜੇ ਤੁਸੀਂ ਵਿਖਾ ਦਿੰਦੇ ਹੋ ਕਿਉਂਕਿ ਬਹੁਤ ਸਟੰਟ ਅਸੀਂ ਵੇਖ ਚੁੱਕੇ ਹਾਂ ਦਾਸ ਨੇ ਪਟਵਾਰੀ ਦੀ ਧਰਤੀ ਦੇ ਅੰਦਰ ਇੱਕ ਪੈਰ ਤੇ ਮੋਟਰਸਾਈਕਲ ਚਲਾ ਕੇ ਦਿਖਾਇਆ ਸੀ ਜੀ ਮੈਂ ਤਰ੍ਹਾਂ ਤਰ੍ਹਾਂ ਦੀ ਕਲਾ ਵਿਖਾ ਰਿਹਾ ਪੰਜਾਬ ਦੇ ਵਿੱਚ ਯੂਟਿਊਬ ਦੇ ਉੱਤੇ ਵੀ ਤੁਸੀਂ ਮੈਨੂੰ ਦੇਖ ਸਕਦੇ ਹੋ ਉੱਥੇ ਮੇਰੇ ਉੱਪਰ ਦੀ ਗੱਡੀ ਵੀ ਨਿਕਲਦੀ ਆ ਲੇਕਿਨ ਮੈਂ 1.25 ਕੁਇੰਟਲ ਦਾ ਪੱਥਰ ਛਾਤੀ ਤੇ ਰੱਖ ਕੇ ਚੜਾਇਆ ਬਾਅਦ ਵੀ 45 ਸਾਲ ਦੀ ਉਮਰ ਆ ਮੈਂ ਪੰਜਾਬੀ ਫਿਲਮਾਂ ਤੁਹਾਡੇ ਯੂਟਿਊਬ ਦੇ ਉੱਤੇ ਮੋਬਾਈਲਾਂ ਦੇ ਉੱਤੇ ਮੇਰੀਆਂ 20-25 ਫਿਲਮਾਂ ਵੀ ਚੱਲਦੀਆਂ ਤਰ੍ਹਾਂ ਤਰ੍ਹਾਂ ਦੀਆਂ ਧਾਰਮਿਕ ਪੰਜਾਬੀ ਫਿਲਮਾਂ ਦਾਸ ਨੇ ਕੀਤੀਆਂ ਨੇ ਬਾਬਾ ਜੀ ਇੱਕ ਗੱਲ ਹੈ ਕਿ ਮੋਟਰਸਾਈਕਲ ਦੇ ਉੱਤੇ ਇੰਨੇ ਵੱਖੋ ਵੱਖਰੇ ਤਰੀਕੇ ਦੇ ਸਟੰਟ ਵਿਖਾਉਂਦੇ ਮੋਟਰਸਾਈਕਲ ਦੇ ਵਿੱਚ ਕੋਈ ਖਾਸ ਕਿਸਮ ਦੀ ਸੈਟਿੰਗ ਕੀਤੀ ਨਹੀਂ ਜੀ ਦਾਸ ਨੂੰ ਜਿਹੜੇ ਵੀ ਤੁਸੀਂ ਮੋਟਰਸਾਈਕਲ ਦੇ ਹੁਣ ਇਸ ਵੇਲੇ ਜੇ ਪਰਖਣਾ ਹੋਵੇ ਜਿਹੜੇ ਮੋਟਰਸਾਈਕਲ ਦੇ ਹੱਥ ਰੱਖੇ ਦਾਸ ਉਹੀ ਚਲਾ ਕੇ ਦਿਖਾ ਦੂਗਾ